Welcome back to the program, or I am in conversation with Sadriq and Elizabeth. Hope you're enjoying the program. Brother ji, apa gal kar rahe sige ke tusi inni dukh te vichon gaye aur khudavand tanu bilkul shifa ditti. Sister ji, tusi vi to add kar rahe sige ke tusi secretly ja ke doctor na gal kiti utho pick up karo. ਹਾਂਜੀ, ਮੈਂ ਨਾ ਜਦੋਂ ਆਪਰੇਸ਼ਨ ਤੋਂ ਬਾਅਦ ਜਿੱਦਾਂ ਮੈਂ ਡਾਕਟਰ ਨਾਲ ਗੱਲ ਕੀਤੀ, ਮੈਂ ਕਿਹਾ ਵੀ ਡਾਕਟਰ ਵੀ ਕੋਈ ਕੀ ਇਹਦੀ ਅੱਗੇ ਦਾ ਕੀ ਵੀ ਕੋਈ ਰੇਡੀਓਥੈਰੇਪੀ ਜਾਂ ਕੋਈ ਵੀ ਐਸੀ ਮੈਡੀਕੇਸ਼ਨ ਜਾਂ ਕੁਛ ਕੀਮੋਥੈਰੇਪੀ ਵਗੈਰਾ ਕੀ ਆ, ਕਿਉਂਕਿ ਲੋਕ ਕਹਿੰਦੇ ਮੈਨੂੰ, ਕਿਉਂਕਿ ਮੈਂ ਕਿਹਾ ਵੀ ਸ਼ਾਇਦ ਹੁੰਦਾ ਹੀ ਹੈ ਕੈਂਸਰ ਦੇ ਵਿੱਚ ਵੀ ਕੋਈ ਨਾ ਕੋਈ ਤਾਂ ਵੀ ਅੱਗੇ ਤੋਂ ਹੁੰਦਾ ਹੀ ਹੈ ਟ੍ਰੀਟਮੈਂਟ ਜਿਹੜਾ ਹੁੰਦਾ ਤਾਂ, ਪਰ ਉਹ ਡਾਕਟਰ ਕਹਿੰਦਾ ਕੁਛ ਵੀ ਨਹੀਂ ਹੋਣਾ. ਮੈਂ ਹੈਰਾਨ, ਮੈਂ ਕਿਹਾ ਉਹਦੇ ਮੂੰਹ ਵੱਲ ਦੇਖਾਂ, ਉਹ ਕਹਿੰਦਾ ਨਹੀਂ, ਕਹਿੰਦਾ ਇਸ ਐਵਰੀਥਿੰਗ ਇਜ਼ ਗੋਨ, ਕਹਿੰਦਾ ਇਸ ਨਥਿੰਗ, ਕਹਿੰਦਾ ਨੋਟ ਐਨੀ ਬਿਟ, ਕਹਿੰਦਾ ਕਿਸੇ ਵੀ ਔਰਗਨ ਦੇ ਵਿੱਚ ਕੋਈ ਵੀ ਇਹਦਾ ਵੀ ਨਹੀਂ ਗਿਆ ਹੈਗਾ, ਵੀ ਜਿਹੜਾ ਅਸੀਂ ਚੈੱਕ ਕੀਤਾ ਸੀ ਕਿ ਸਾਰਾ ਐਵਰੀਥਿੰਗ ਜਿੰਨੀ ਰਿਪੋਰਟ ਹੈਗੀ ਹੈ ਸਾਰੀ ਇਸ ਕਲੀਅਰ. ਕਿੰਨੀ ਖੁਸ਼ੀ ਦੀ ਗੱਲ ਬ੍ਰਦਰ, ਕਿੰਨੀ ਖੁਸ਼ੀ ਦੀ ਗੱਲ ਕਿ ਤੁਹਾਨੂੰ ਕਿਸ ਤਰ੍ਹਾਂ, ਮੇਰੇ ਖਿਆਲ ਤਾਂ ਬ੍ਰਦਰਸ ਦੂਸਰੇ ਵੀ ਹੈਰਾਨ ਸੀਗੇ ਕਿ ਬ੍ਰਦਰ ਸੈਡਰਿਕ ਤੂੰ ਇਹ ਕਿੱਦਾਂ ਵੀ ਐਡਾ ਵੱਡਾ ਮੋੜ ਆਇਆ ਤੁਹਾਡੀ ਜ਼ਿੰਦਗੀ ਦੇ ਵਿੱਚ, ਔਰ ਤੁਹਾਨੂੰ ਖੁਦਾ ਨੇ ਕਿੱਦਾਂ ਸ਼ਿਫਾ ਦਿੱਤੀ ਹੈਗੀ. ਔਰ ਵਾਕਿਆ ਦੇ 'ਚ ਆਪਣਾ ਖੁਦਾ ਯਸੂ ਸ਼ਿਫਾ ਦੇਣ ਵਾਲਾ ਖੁਦਾ ਹੈ ਔਰ ਜੀਂਦਾ ਖੁਦਾ ਹੈ, ਔਰ ਅੱਜ ਵੀ ਉਹੀ ਹੈ ਜੋ ਕੁਛ ਪਹਿਲੋਂ 2000 ਸਾਲ ਇਸ ਧਰਤੀ ਦੇ ਉੱਤੇ ਮਿਰਕਲ ਕਰਦਾ ਸੀ ਉਹ ਅੱਜ ਤੁਹਾਡੇ ਲਈ ਵੀ ਕਰ ਸਕਦਾ ਹੈਗਾ. ਔਰ ਸਿਸਟਰ ਜੀ, ਉਹ ਵੀ ਦੱਸੋ ਬ੍ਰਦਰ ਜੀ ਕਿ ਸਿਰਫ ਇਹ ਮਿਰਕਲ ਨਹੀਂ, ਹੋਰ ਵੀ ਬੜੇ ਮਿਰਕਲ ਹੋਏ. ਮੇਰੇ ਖਿਆਲ ਆਪਣੇ ਕੋਲ ਪ੍ਰੋਗਰਾਮ ਦਾ ਟਾਈਮਿੰਗ ਸ਼ੋਰਟ ਹੈਗੀ ਆ, ਪਰ ਆਪਣੇ ਗਾਂਹ ਜਿਹੜੇ ਹੋਰ ਤੁਹਾਡੇ ਮਿਰਕਲਸ ਹੋਏ ਹੈਗੇ ਉਹਦੇ ਬਾਰੇ ਵੀ ਦੱਸੋ. ਮੇਰਾ ਗ੍ਰੈਂਡਸਨ ਹੈਗਾ ਡਿਲਨ ਹੈ ਉਹਦਾ ਨਾਮ, ਮੇਰਾ ਬੇਟਾ ਡੇਵਿਡ ਹੈ ਉਹਦਾ ਬੇਟਾ, ਉਹ 9 ਸਾਲ ਦਾ ਹੋ ਗਿਆ ਤਾਂ ਉਹ ਬਿਲਕੁਲ ਨਹੀਂ ਸੀ ਬੋਲ ਸਕਦਾ, ਪਰ ਅੱਜ ਮੈਂ ਹੁਣ ਦੇਖਦੀ ਹਾਂ ਵੀ ਉਹ, ਅਸੀਂ ਹਮੇਸ਼ਾ ਉਹਦੇ ਲਈ ਐਵਰੀ ਸਿੰਗਲ ਡੇ ਸਵੇਰ ਸ਼ਾਮ ਹਮੇਸ਼ਾ ਉਹ ਲਈ ਜਿੱਦਾਂ ਦੁਆ ਕਰਦੇ ਹੈਗੇ ਆ. ਅੱਜ ਥੈਂਕ ਗੋਡ ਵੀ ਜਿੱਦਾਂ ਖੁਦਾ ਵੀ ਖੁਦਾ ਦੀ ਯਸੂ ਮਸੀਹ ਉਹਨੂੰ ਵੀ ਜਿੱਦਾਂ ਉਹ ਆਵਾਜ਼ ਹੀਲਿੰਗ ਦੇ ਦਿੱਤੀ ਤਾਂ ਉਹ ਵੀ ਬੋਲ ਸਕਦਾ ਹੈਗਾ, ਜਦੋਂ ਸਾਨੂੰ ਫੋਨ ਕਰਦਾ ਹੈਗਾ ਹੈਲੋ ਦਾਦੀ ਹਾਓ ਆਰ ਯੂ ਜਿੱਦਾਂ ਬੋਲਦਾ ਹੈਗਾ, ਨਹੀਂ ਤਾਂ ਪਹਿਲਾਂ ਬਿਲਕੁਲ ਕੋਈ ਵਰਡ ਨਹੀਂ ਸੀ ਬੋਲਦਾ ਹੁੰਦਾ, ਤਾਂ ਹੁਣ ਥੈਂਕ ਗੋਡ ਵੀ ਅੱਜ ਉਹ ਵੀ ਬੋਲਦਾ, ਇੰਨਾ ਹੁਸ਼ਿਆਰ ਹੈਗਾ ਵੀ ਸਾਡੇ ਹਾਲੇ ਤੱਕ ਉਹਦੀ ਲਈ ਇਹੀ ਪ੍ਰੇ ਹੈਗੀ ਆ, ਜਦੋਂ ਬੜਾ ਹੋਵੇ ਉਹ ਖੁਦਾ ਆਪਣੀ ਯਸੂ ਮਸੀਹ ਦਾ ਉਹ ਵੀ ਇੱਕ ਜਿੱਦਾਂ ਗਵਾਹੀ ਦੇਣ ਵਾਲਾ ਹੋਵੇ. ਆਮੇਨ. ਹਾਂਜੀ ਹਾਂਜੀ, ਹੋਰ ਵੀ ਮੇਰੇ ਕੋਲ ਕ੍ਰਿਸਟੀਨਾ ਨੇ ਵੀ ਆਪਣੀ ਟੈਸਟਮਨੀ ਦਿੱਤੀ ਹੈਗੀ, ਉਹਦੀ ਵੀ ਰਿਕਾਰਡ ਹੋਈ ਹੈ ਕਿਸ ਤਰ੍ਹਾਂ ਉਹਨੂੰ ਖੁਦਾ ਨੇ ਬਚਾਇਆ ਹੈਗਾ. ਬਿਲਕੁਲ. ਕਿਸ ਤਰ੍ਹਾਂ ਉਹਦੀ ਵੀ ਤੁਸੀਂ, ਤੁਹਾਨੂੰ ਪਤਾ ਹੈਗਾ ਸੁਣ ਸਕਦੇ ਤੁਸੀਂ ਨਾ ਉਹਦੀ ਟੈਸਟਮਨੀ. ਫਿਰ ਉਸ ਤੋਂ ਬਾਅਦ ਫਿਰ ਹੇਜ਼ਲ ਬੋਲ ਨਹੀਂ ਸੀ ਸਕਦੀ. ਹੇਜ਼ਲ ਤੁਹਾਡੀ ਪੋਤੀ ਆ? ਹਾਂਜੀ, ਮੇਰੀ ਪੋਤੀ ਹੈਗੀ ਹੇਜ਼ਲ, ਹੁਣ 7 ਸਾਲ ਦੀ ਹੋ ਗਈ ਆ. ਜਦੋਂ 2-2.5 ਸਾਲ ਦੀ ਸੀਗੀ ਤਾਂ ਉਹ ਚਰਚ ਆਉਂਦੀ ਤੀ ਸੀਗੀ ਨਾ, ਤਾਂ ਜੌਨ ਤਾਂ ਵੀ ਨਾ ਕਹਿੰਦੇ ਹੁੰਦੇ ਸੀਗੇ ਪਾਸਟਰ ਜੀ ਬੋਲਦੀ ਨਹੀਂ ਬਿਲਕੁਲ ਵੀ, ਵੀ ਕਿਉਂ ਨਹੀਂ ਪਤਾ ਨਹੀਂ ਇਹ ਤਾਂ ਬੋਲਦੀ ਨਹੀਂ, ਮੈਨੂੰ ਬਹੁਤ ਵਰੀ ਰਹਿੰਦੀ ਕਿ ਪਤਾ ਨਹੀਂ ਇਹਨੇ ਗੂੰਗੀ ਇੱਦਾਂ ਹੀ ਰਹਿਣਾ ਵੀ ਕਿਉਂ ਨਹੀਂ ਬੋਲ ਸਕਦੀ ਹੈਗੀ ਆ. ਪਰ ਦੇਖੋ ਥੈਂਕ ਗੋਡ ਅੱਜ ਉਹ ਆਪਣੇ ਮਸੀਹ ਗੀਤ ਗਾਉਂਦੀ ਹੈਗੀ ਆ, ਬੜੀ ਖੁਸ਼ ਹੁੰਦੀ ਆ ਔਰ ਚਰਚ ਦੇ ਵਿੱਚ ਚਰਚ ਦੇ ਅੱਗੇ ਆ ਕੇ ਸਾਹਮਣੇ ਆ ਕੇ ਗਾਉਂਦੀ ਹੈਗੀ ਆ. ਤਾਂ ਇਹ ਵੀ ਦੇਖੋ ਖੁਦਾ ਜਿਹੜਾ ਕਹਿੰਦੇ ਹੁੰਦਾ ਖੁਦਾ ਆਏ ਇਸੇ ਲਈ ਆ, ਇਸ ਦੁਨੀਆਂ ਦੇ ਵਿੱਚ ਇਸੇ ਲਈ ਆਇਆ ਹੈਗਾ ਕਿ ਜਿਹੜੇ ਗੂੰਗੇ ਆ ਉਹ ਬੋਲ ਨਹੀਂ ਸਕਦੇ, ਕਿਉਂ ਜਿਹੜਾ ਅਸੀਂ ਗੀਤ ਗਾਇਆ ਉਹ ਇਸੇ 'ਤੇ ਹੀ ਸੀਗਾ ਵੀ ਜਿਹੜੇ ਦੁੱਖ ਬਿਮਾਰੀਆਂ ਤੋਂ ਜਿਹੜਾ ਖੁਦਾਵੰਦ ਹੀ ਠੀਕ ਕਰ ਸਕਦਾ ਹੈ. ਖੁਦਾਵੰਦ ਯਸੂ ਮਸੀਹ ਆਇਆ ਇਸ ਦੁਨੀਆਂ ਦੇ ਵਿੱਚ ਇਸ ਲਈ ਕਿ ਬਿਮਾਰਾਂ ਨੂੰ ਸ਼ਿਫਾ ਦੇਣ ਲਈ, ਗੁਨਾਹਗਾਰਾਂ ਨੂੰ ਬਚਾਉਣ ਲਈ. ਬਿਲਕੁਲ ਬਿਲਕੁਲ. ਔਰ ਕਾਊਂਟ ਯੋਰ ਬਲੈਸਿੰਗਸ, ਜਿਹੜੀਆਂ ਤੁਹਾਡੀਆਂ ਬਲੈਸਿੰਗਸ ਹੈਗੀਆਂ ਹੈਗਾ ਉਹਨਾਂ ਨੂੰ ਤੁਸੀਂ ਗਿਣ ਸਕਦੇ ਹੈਗੇ ਆ, ਕਿਉਂਕਿ ਖੁਦਾਵੰਦ ਵੀ ਇਹੀ ਕਹਿੰਦਾ ਹੈਗਾ ਕਿ ਮੈਂ ਇਸ ਧਰਤੀ 'ਤੇ ਤਾਂ ਕਰਕੇ ਆਇਆ ਕਿ ਸਭ ਲਈ, ਇਹ ਨਹੀਂ ਕਿ ਸਿਰਫ ਮਸੀਹੀ ਭੈਣ ਭਰਾਵਾਂ ਲਈ, ਨੋਟ ਜਸਟ ਫੋਰ ਕ੍ਰਿਸਚਨਸ ਬਟ ਸਾਰਿਆਂ ਲਈ. ਔਰ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈਗੀ ਕਿ ਇਸ ਦੁਨੀਆਂ ਦੇ ਵਿੱਚ ਇੰਨੀ ਤਿਆਰੀ ਹੋ ਰਹੀ, ਇੰਨੇ ਬਿਜ਼ੀ ਹੋਏ ਹੋਏ ਦੁਨੀਆ ਕਿ ਤੋਹਫੇ ਲੈਣ ਡਏ ਹੋਏ ਆ, ਬਾਹਰ ਜਾ ਕੇ ਖਾਣਾ ਲੈਣ ਡਏ ਹੋਏ ਆ ਵੀ ਆਹ ਲੈਣਾ ਹੈਗਾ, ਇੰਨਾ ਆਪਾਂ ਘਰਾਂ ਦੇ ਵਿੱਚ ਲਿਆ ਕੇ ਆਪਾਂ ਭਰ ਲੈਂਦੇ ਹੈਗੇ ਖਾਣਾ, ਉਹ ਪਤਾ ਨਹੀਂ ਖਾ ਹੁੰਦਾ ਕਿ ਨਹੀਂ. ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਮੇਰੇ ਬ੍ਰਦਰ, ਮੇਰੇ ਭੈਣ ਭਰਾਵੋ, ਜਿੱਥੇ ਵੀ ਤੁਸੀਂ ਹੈਗੇ ਆ, ਕਿ ਮੇਕ ਰੂਮ ਫੋਰ ਜੀਸਸ ਦਿਸ ਕ੍ਰਿਸਮਸ. ਤੁਹਾਡੇ ਘਰ ਦੇ ਵਿੱਚ ਜੇ ਕ੍ਰਿਸਮਸ ਦੇ ਵਿੱਚ ਸੈਲੀਬ੍ਰੇਸ਼ਨ ਦੇ ਵਿੱਚ ਜੇ ਤੁਸੀਂ ਖੁਦਾ ਯਸੂ ਮਸੀਹ ਦਾ ਨਾਂ ਨਹੀਂ ਲੈ ਸਕੇ ਤਾਂ ਉਹ ਕ੍ਰਿਸਮਸ ਨਹੀਂ ਆ. ਕ੍ਰਿਸਮਸ ਇਜ਼ ਨੋਟ ਅਬਾਊਟ ਸੈਲੀਬ੍ਰੇਸ਼ਨਸ ਜਾਂ ਪਾਰਟੀਜ਼ ਜਾਂ ਖਾਣਾ ਜਾਂ ਪੀਣਾ, ਸ਼ਰਾਬਾਂ ਪੀਣੀਆਂ, ਭੰਗੜੇ ਪਾਉਣੇ. ਨੋ, that is not Christmas. Christmas is ke khudavan yesu masih jehda sacche zinde khuda da khlota beta siga jinne is tarti te aake Israel de vich Bethlehem de vich padesh layi gadariyan ne vi gawai ditti aur farishtiyan ne vi aake dassya ke khush khabri aayi hegi hai ke ek charni de vich ek masiha paida hoya aur wise men vi aaye
ਔਰ ਉਹਨਾਂ ਨੇ ਵੀ ਦੇਖਿਆ ਔਰ ਉਹਨੂੰ ਕਹਿੰਦੇ ਹੈ ਖੁਦਾਵੰਦ ਯਿਸੂ ਕੁਵਾਰੀ ਮਰੀਮ ਤੋਂ ਪੈਦਾ ਹੋਇਆ। ਸ਼ੁਰੂ ਤੋਂ ਇਜ਼ਾਇਆ ਦੇ ਵਿੱਚ ਵੀ ਲਿਖਿਆ ਗਿਆ ਸੀ ਕਿ ਇੱਕ ਇਕਲੌਤਾ ਬੇਟਾ ਆਏਗਾ ਔਰ ਉਹ ਇਸ ਧਰਤੀ 'ਤੇ ਆ ਕੇ ਰਾਜ ਕਰੇਗਾ। ਉਹ ਰਾਜਾਂ ਦਾ ਰਾਜਾ ਸੀ। ਕਿਉਂ ਜੀ, ਸੈਲੀਬ੍ਰੇਟ ਕਿੱਦਾਂ ਕਰਨਾ ਤੁਸੀਂ ਕ੍ਰਿਸਮਸ ਇਸ ਸਾਲ? ਹਾਂਜੀ, ਬਸ ਸੈਲੀਬ੍ਰੇਟ ਕਰਨਾ ਬਸ ਇਹੀ ਹੈ, ਖੁਦਾਵੰਦ ਦੀ ਜਿੱਦਾਂ ਹਮਦੁਸਤਾਇਸ਼ ਕਰਨੀ ਆ, ਉਹਦੇ ਉਹ ਸਮਝਣਾ ਕਿ ਉਹ ਸਾਡੇ ਲਈ ਇਸ ਦੁਨੀਆਂ ਦੇ ਵਿੱਚ ਕਿਉਂ ਆਇਆ ਹੈਗਾ। ਇਹ ਹੈ ਕਿ ਇਹ ਮੈਸੇਜ ਵੀ ਹੈਗਾ ਸਭ ਲਈ, ਹਾਂ ਵੀ ਖੁਦਾ ਇਹ ਨਹੀਂ ਕਿ ਖਾ ਲਿਆ ਜਾਂ ਕੋਈ ਪ੍ਰੈਜੈਂਟ ਵਗੈਰਾ ਖੋਲ ਲਏ, ਸਭ ਤੋਂ ਪ੍ਰੈਜੈਂਟ ਜਿਹੜਾ ਗਿਫਟ ਹੈਗਾ ਆ ਖੁਦਾ ਯਿਸੂ ਮਸੀਹ ਸਾਡੇ ਲਈ ਇਸ ਦੁਨੀਆਂ ਦੇ ਵਿੱਚ ਆਇਆ, ਅਤੇ ਅਸੀਂ ਉਹਨੂੰ ਉਹਦੇ ਲਈ ਉਹਨੂੰ ਸੈਲੀਬ੍ਰੇਟ ਕਰੀਏ ਨਾ, ਵੀ ਇਹ ਨਹੀਂ ਵੀ ਹਾਂ ਵੀ ਅਸੀਂ ਹੋਰ ਚੀਜ਼ਾਂ ਵਾਲੇ ਵੱਲ ਜਾਈਏ, ਅਸੀਂ ਜਿੱਦਾਂ ਹੋਰ ਚੀਜ਼ਾਂ ਪਾਰਟੀਆਂ ਕਰ ਲੈਣੀਆਂ, ਸ਼ਰਾਬ ਪੀ ਲੈਣੀ ਜਾਂ ਕੁਛ ਇਸ ਤਰ੍ਹਾਂ ਚੀਜ਼ਾਂ ਨੇ। ਖੁਦਾ ਯਿਸੂ ਮਸੀਹ ਜਿੱਦਾਂ ਕਹਿੰਦੇ ਆਪਣੇ ਘਰ ਦੇ ਵਿੱਚ ਬੈਠ ਕੇ ਜਾਂ ਤੁਸੀਂ ਸੈਲੀਬ੍ਰੇਟ ਵੀ ਕਰਦੇ ਹੈਗੇ, ਅਸੀਂ ਬੈਠ ਕੇ ਅਸੀਂ ਆਪਣੇ ਬੱਚਿਆਂ ਦੇ ਵਿੱਚ, ਤਾਂ ਅਸੀਂ ਆਪਣੇ ਖੁਦਾਵੰਦ ਦੀ ਹਮਦੁਸਤਾਇਸ਼ ਕਰਨੀ ਹੈ, ਕਿਸ ਤਰ੍ਹਾਂ ਅਸੀਂ ਉਹਦੇ ਜਿੱਦਾਂ ਕਹਿੰਦੇ ਹੁੰਦੇ ਗੀਤ ਗਾ ਸਕਦੇ ਹੈਗੇ ਹਾਂ, ਬੈਠ ਕੇ ਬਾਈਬਲ ਕਲਾਮ 'ਚੋਂ ਪੜ੍ਹ ਸਕਦੇ ਹੈਗੇ ਆ, ਆਪਣੇ ਬੱਚਿਆਂ ਨੂੰ ਦੱਸ ਸਕਦੇ ਹੈਗੇ ਆ ਵੀ ਸਹੀ ਜਿਹੜਾ ਕ੍ਰਿਸਮਸ ਦਾ ਮਤਲਬ ਕੀ ਹੈਗਾ, ਬੈਠ ਕੇ ਅਸੀਂ ਉਹਦੀ ਜਿੱਦਾਂ ਕਹਿੰਦੇ ਹੁੰਦੇ ਬੰਦਗੀ ਕਰ ਸਕਦੇ ਹੈਗੇ ਆਪਣੇ ਘਰਾਂ ਦੇ ਵਿੱਚ। ਇਹ ਵੀ ਦੇਖਿਓ ਤੁਸੀਂ ਕਿ ਸਿਸਟਰ ਜੀ, ਬ੍ਰਦਰ ਜੀ, ਜਿਹੜੀਆਂ ਬਰਕਤਾਂ ਤੁਹਾਨੂੰ ਹੁਣ ਮਿਲੀਆਂ ਇਨ ਦਾ ਲਾਸਟ ਫਿਊ ਈਅਰਸ ਦੇ ਵਿੱਚ, ਮੈਂ ਕਹਿ ਸਕਦਾ ਕਿ ਉਹ ਇੰਨੀਆਂ ਪਾਵਰਫੁਲ ਆ ਕਿ ਤੁਹਾਡੀ ਜਿਹੜੀ ਟੈਸਟਮਨੀ ਆ ਇਹ ਦੁਨੀਆ ਦੇ ਵਿੱਚ ਇਸ ਵੇਲੇ ਇਸ ਟੀਵੀ ਸੈੱਟ ਦੇ ਵਿੱਚੋਂ ਜਾ ਰਹੀ ਹੈਗੀ, ਔਰ ਗਵਾਹੀ ਸੁਣ ਕੇ ਦੂਸਰੇ ਵੀ ਜਿਹੜੇ ਬੰਦੇ ਹੈਗੇ ਉਹ ਜੇ ਤੁਹਾਡੇ ਲਈ ਖੁਦਾਵੰਦ ਇੰਨੀਆਂ ਵੱਡੀਆਂ ਤੁਹਾਨੂੰ ਕੈਂਸਰ ਦੀ ਬਿਮਾਰੀ ਤੋਂ ਛੁਡਾ ਸਕਦਾ, ਜੇ ਤੁਹਾਡੀਆਂ ਦਿਲ ਦੀਆਂ ਉਮੀਦਾਂ ਖੁਸ਼ੀਆਂ ਪੂਰੀਆਂ ਕਰਨ ਵਾਲਾ, ਅੱਜ ਤੁਹਾਡੇ ਵਾਸਤੇ ਵੀ ਉਹ ਖੁਦਾਵੰਦ ਯਿਸੂ ਮਸੀਹ ਉਹੀ ਕੰਮ ਕਰ ਸਕਦਾ। ਔਰ ਇਹ ਵੀ ਨਹੀਂ, ਗਾਂ ਜਿੱਦਾਂ ਕਹਿੰਦੇ ਖੁਦਾਵੰਦ ਪੀੜ੍ਹੀ ਪਰ ਪੀੜ੍ਹੀ ਬਰਕ ਦਿੰਦਾ, ਗਾਂ ਤੁਹਾਡਾ ਬੱਚੇ ਜਿਹੜੇ ਹੈਗੇ ਹੁਣ ਲਿਵੀਆ ਕਿੱਦਾਂ ਕਿੰਨਾ ਸੋਹਣਾ ਗਾਉਂਦੀ ਹੈਗੀ ਹੈ, ਤੁਹਾਡੀ ਪੋਤੀ ਜਿਹੜੀ ਵੱਡੇ ਜੇਮਸ ਤੋਂ, ਕ੍ਰਿਸਟੀਨਾ ਔਰ ਜੇਮਸ ਦੇ ਔਲਾਦ ਦੇ ਵਿੱਚੋਂ ਵੀ ਲਿਵੀਆ ਔਰ ਜੇਮੀ ਗਾਂ ਗਾਣੇ ਗਾਉਂਦੇ ਹੈਗੇ ਕਿ ਖੁਦਾਵੰਦ ਨੇ ਤੁਹਾਨੂੰ ਉਹ ਵੀ ਬਰਕਤ ਦਿੱਤੀ ਹੋਈ ਹੈਗੀ ਹੈ, ਤਾਂ ਕਰੋ ਘਰੀ ਜਿੱਦਾਂ ਕਹਿੰਦੇ ਹੁੰਦੇ ਕਿ ਉਹ ਗਵਾਹੀ ਦਿੰਦੇ ਹੈਗੇ। ਔਰ ਜੇਮਸ ਵੀ ਜਿੱਥੇ ਤੁਸੀਂ ਸੋਚਿਆ ਵੀ ਨਹੀਂ ਸੀਗਾ, ਹਾਂਜੀ ਸਰ, ਇਹ ਵੀ ਸਹੀ ਗੱਲ, ਇਹ ਵੀ ਮੇਰੀ ਨਾ ਇੱਕ ਹੈਗੀ ਆ ਵੀ ਜਿੱਦਾਂ ਜੇਮਸ, ਜਿੱਦਾਂ ਮੈਂ ਹਮੇਸ਼ਾ ਪ੍ਰੇਅ ਹੀ ਕਰਦੀ ਹੁੰਦੀ ਸੀਗੀ ਮੇਰੇ ਬੱਚੇ ਜਦ ਬੜੇ ਹੋਣਗੇ, ਵੀ ਜਿੱਦਾਂ ਮੈਂ ਇਕੱਲੀ ਸੀਗੀ ਜਿੱਦਾਂ ਗਾਉਂਦੀ ਵੀ ਮੈਂ ਹੀ ਸੀਗੀ, ਜਿੱਦਾਂ ਹੋਰ ਤਾਂ ਵੀ ਮੈਂ ਕਹਿ ਰਹੀ ਸੀ ਮੇਰੇ ਬੱਚਿਆਂ ਦੇ ਵਿੱਚ ਵੀ ਕੋਈ ਗਾਵੇ, ਚੱਲ ਮੇਰੇ ਕੋਲ ਖੁਦਾ ਨੇ ਮੈਨੂੰ ਬੇਟੀ ਨਹੀਂ ਦਿੱਤੀ, ਮੇਰੇ ਬੱਚੇ ਜਿਹੜੇ ਬੇਟੇ ਦਿੱਤੇ ਆ ਉਹ ਵੀ ਖੁਦਾ ਵੱਲ ਹੋਣ ਆਪਣੇ ਲਈ, ਉਹਦੇ ਲਈ ਬਸ ਗਾਣ ਵਜਾਣ ਜੋ ਵੀ ਹੈ ਨਾ ਖੁਦਾ, ਉਹਨਾਂ ਨੂੰ ਵੀ ਟੈਲੈਂਟ ਦੇਵੇ, ਪਰ ਉਹਨਾਂ ਕੋਲ ਟੈਲੈਂਟ ਆਲਰੇਡੀ ਸੀਗਾ ਪਰ ਯੂਜ਼ ਜਿਹਦਾ ਖੁਦਾ ਨੇ ਕਰਵਾਇਆ ਉਹਨਾਂ ਤੋਂ, ਹੁਣ ਜਗ੍ਹਾ ਜਗ੍ਹਾ ਜਾਂਦੇ ਹੈਗੇ, ਆਪਣੇ ਬੱਚਿਆਂ ਨੂੰ ਵੀ ਮਿਊਜ਼ਿਕ ਉਹਨਾਂ ਨੇ ਸਿਖਾਇਆ ਇਸੇ ਕਰਕੇ ਵੀ ਸਿਰਫ ਆਪਣੇ ਖੁਦਾ ਨੂੰ ਸਰਵ ਕਰਨਾ ਹੈ। ਹਾਂਜੀ, ਮਾਕ ਤਬਲਾ ਵਜਾਉਂਦਾ ਸੀਗਾ, ਮਾਕ ਤਬਲਾ ਵਜਾਉਂਦਾ ਸੀ, ਉਹਦਾ ਬੇਟਾ ਹੈਗਾ ਰਿੱਕੀ ਉਹ ਵੀ ਤਬਲਾ ਵਜਾਉਂਦਾ ਹੈਗਾ, ਫਿਰ ਹੀ ਉਹ ਵੀ ਗੀਤ ਗਾਉਂਦਾ, ਮਸੀਹ ਗਾਉਂਦੇ ਆ, ਪਿਆਨੋ ਵੀ ਵਜਾ ਲੈਂਦਾ ਹੈਗਾ, ਫਿਰ ਡੇਵਿਡ ਹੈ, ਡੇਵਿਡ ਦਾ ਬੱਚੇ ਹੈਗੇ ਆ ਉਹ ਵੀ, ਉਹਨਾਂ ਨੇ ਵੀ ਆਪਣੀ ਜਿੱਦਾਂ ਡਿਗਰੀ ਕੀਤੀ ਹੈਗੀ ਉਹਦੇ 'ਚ ਮਿਊਜ਼ਿਕ ਦੇ ਵਿੱਚ, ਉਹਨਾਂ ਨੂੰ ਪਤਾ ਹੈਗਾ ਵੀ ਹੋਰ ਕਿਤੇ ਨਹੀਂ ਵਜਾਉਣਾ ਹੈਗਾ, ਮੈਂ ਕਿਹਾ ਉਹਨਾਂ ਨੂੰ ਕਿਹਾ ਵੀ ਸਰਵ ਦ ਗੋਡ ਜਸਟ ਆਪਣਾ ਲੋਰਡ ਜੀਸਸ, ਜਿਹਨੇ ਜਿਹਨੇ ਤੁਹਾਨੂੰ ਟੈਲੈਂਟ ਦਿੱਤੇ ਉਹਨੂੰ ਸਰਵ ਕਰੋ ਬਸ, ਇਹ ਦੁਨੀਆ ਲਈ ਮਿਊਜ਼ਿਕ ਨਹੀਂ ਉਹਨਾਂ ਨੂੰ ਸਿੱਖਿਆ, ਇਸ ਕਰਕੇ ਮੈਨੂੰ ਵੀ ਆਵਾਜ਼ ਜਿਹੜੀ ਦਿੱਤੀ ਮੈਂ ਡੈਡੀਕੇਟ ਕੀਤੀ ਆਪਣੇ ਖੁਦਾਵੰਦ ਯਿਸੂ ਮਸੀਹ ਲਈ। ਆਮੇਨ। ਹਾਂਜੀ, ਔਰ ਇਹ ਵੀ ਗੱਲ ਹੈਗੀ ਕਿ ਤੋਹਫੇ ਤਾਂ ਆਪਾਂ ਨੂੰ ਕ੍ਰਿਸਮਸ 'ਤੇ ਆਪਾਂ ਖੋਲ੍ਹਣੇ ਖੋਲ੍ਹਣੇ ਹੈਗੇ, ਪਰ ਆਪਾਂ ਇਹ ਫਰਗੈਟ ਨਾ ਕਰੀਏ ਕਿ ਇਹ ਜਿਹੜੇ ਤੋਹਫੇ ਤੁਹਾਨੂੰ ਦਿੱਤੇ ਹੋਏ ਖੁਦਾਵੰਦ ਨੇ ਉਹ ਕ੍ਰਿਸਮਸ ਤੋਂ ਆਪਾਂ ਪਹਿਲਾਂ ਹੀ ਖੋਲ੍ਹ ਸਕਦੇ। ਉਹ ਕੀ ਆ? ਜੋਏ। ਖੁਦਾਵੰਦ ਕਹਿੰਦਾ ਹੈਗਾ ਵੀ ਮੈਂ ਤੁਹਾਨੂੰ ਜੋਏ ਦੇਊਂਗਾ, ਖੁਸ਼ੀ ਦੇਊਂਗਾ, ਅੰਦਰਲੀ ਖੁਸ਼ੀ ਦੇਊਂਗਾ ਕਿ ਜਿਹਦੇ 'ਚ ਅਜੀਬ ਖੁਸ਼ੀ ਆਏਗੀ। ਫਿਰ ਦੂਸਰੀ ਗੱਲ ਕਿ ਆਪਾਂ ਨੂੰ ਹੀਲਿੰਗ ਦਿੰਦਾ ਹੈ ਖੁਦਾਵੰਦ, ਉਹ ਵੀ ਤੋਹਫਾ ਦਿੰਦਾ ਹੈਗਾ। ਫਿਰ ਆਪਾਂ ਨੂੰ ਪੀਸ ਦਿੰਦਾ ਕਿ ਖੁਦਾਵੰਦ ਕਹਿੰਦਾ ਹੈਗਾ ਕਿ ਪੀਸ, ਔਰ ਇਹ ਜਿਹੜੇ ਤੋਹਫੇ ਹੈਗੇ ਇਹ ਐਬਸੋਲੂਟਲੀ ਫਰੀ ਹੈ ਮੇਰੇ ਭੈਣ ਮੇਰੇ ਭਰਾ, ਐਬਸੋਲੂਟਲੀ ਫਰੀ ਹੈਗੇ। ਬ੍ਰਦਰ ਹੋਣਾਂ ਨੇ ਸਿਸਟਰ ਹੋਣਾਂ ਨੇ ਤਾਂ ਆਲਰੇਡੀ ਇਹ ਰਿਸੀਵ ਕੀਤੇ ਹੈਗੇ, ਔਰ ਮੈਂ ਚਾਹੁੰਦਾ ਹੈਗਾ ਕਿ ਅੱਜ ਤੁਸੀਂ ਵੀ ਉਹ ਜਿਹੜੇ ਤੋਹਫੇ ਹੈਗੇ ਤੁਸੀਂ ਉਹ ਵੀ ਰਿਸੀਵ ਕਰ ਸਕਦੇ ਹੈਗੇ ਜੇ ਤੁਸੀਂ ਉਹਦੇ ਕੋਲ ਆਵੋ। ਤਾਂ ਮੈਂ ਚਾਹੁੰਦਾ ਹੈਗਾ ਕਿ ਸਿਸਟਰ ਕਿ ਤੁਸੀਂ ਛੋਟੀ ਜਿਹੀ ਦੁਆ ਕਰੋ ਔਰ ਫਿਰ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ। ਹਮਾਰੀ ਇਹੀ ਪ੍ਰਾਰਥਨਾ ਪ੍ਰਭੂ ਜੀ, ਹਮਾਰੀ ਪ੍ਰਾਰਥਨਾ ਕੋ ਸੁਣਨੇ ਵਾਲਾ ਤੂੰ ਖੁਦਾ ਖੁਦਾ ਹੈ ਪ੍ਰਭੂ ਜੀ, ਦੁਨੀਆ ਭਰ ਕੇ ਲਈ ਦੁਆ ਪ੍ਰਭੂ ਜੀ, ਜਹਾਂ ਜਾ ਵੀ ਪ੍ਰਭੂ ਜੀ ਆਜ ਇਨ ਦਿਨੋਂ ਮੈਂ ਪ੍ਰਭੂ ਜੀ ਤੇਰੇ ਕ੍ਰਿਸਮਸ ਮਨਾਇਆ ਜਾ ਰਿਹਾ ਖੁਦਾਵੰਦ, ਤੇਰੇ ਆਨੇ ਕੀ ਖੁਸ਼ੀ ਮਨਾਈ ਜਾ ਰਹੀ ਪ੍ਰਭੂ ਜੀ, ਦੁਆ ਪ੍ਰਭੂ ਜੀ ਹੁਣ ਸਭ ਕੇ ਦਿਲੋਂ ਮੈਂ ਇਹ ਉਨਕੋ ਉਹ ਜਾਣ ਸਕੇ ਪ੍ਰਭੂ ਜੀ ਇਸ ਦੁਨੀਆ ਮੈਂ ਤੂੰ ਕਿਉਂ ਆਇਆ ਖੁਦਾਵੰਦ, ਔਰ ਤੁਝੇ ਜਾਣ ਸਕੇ ਔਰ ਤੁਝੇ ਪਿਆਰ ਕਰੇ ਪ੍ਰਭੂ ਜੀ, ਔਰ ਤੁਝ ਪਰ ਵਿਸ਼ਵਾਸ ਕਰੇ ਔਰ ਤੁਝੇ ਆਪਣਾ ਮੁਕਤੀ ਦਾਤਾ ਮਾਨੇ ਖੁਦਾਵੰਦ, ਸਭ ਕੇ ਲਈ ਦੁਆ ਪ੍ਰਭੂ ਜੀ, ਦੁਨੀਆ ਭਰ ਮੈਂ ਤੂੰ ਆਪਣੇ ਲੋਕ ਕੋ ਬਚਾ,
ਅਮਨ ਔਰ ਚੈਨ ਪੈਦਾ ਕਰ ਪ੍ਰਭੂ ਜੀ। ਇਸ ਦੁਆ ਕੋ ਸੁਨੋ ਔਰ ਕਬੂਲ ਕਰ ਤੇਰੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਕਾ ਵਾਸਤਾ ਲੇਕਰ ਮੰਗਤੇ ਹੈਂ। ਆਮੀਨ। Well, I hope you've enjoyed the program. I hope that you're going to have a blessed Christmas. Until next time, Jam Siki. Jam Siki. Zamane mein har su ujala hua hai. Zamane mein har su ujala hua hai. Ke noore khuda aaj paida hua hai. Paida hua hai. Zamane mein har su ujala hua hai. Zamane mein har su ujala hua hai. सानी कोई दो जहां में नहीं उसका सानी कोई दो जहां में मसीहा है सबका वो सबका हुआ है सबका हुआ है जमाने में हर सू उजाला हुआ है।